ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਚਲੇ ਗਏ ਸੀ ਸਵੇਰੇ ਸਵੇਰੇ ਧੀਂਗੜ, ਕਿਉਂਕਿ ਅੱਜ ਸੀਗੀ ਮੇਰੇ ਭਤੀਜੇ ਦੀ ਫਲਾਈਟ ਅਤੇ ਮੇਰਾ ਭਤੀਜਾ ਚੱਲਿਆ ਸੀ ਅੱਜ ਕੈਨੇਡਾ, ਤਾਂ ਕਰਕੇ ਫਿਰ ਸਾਨੂੰ ਸਵੇਰੇ ਜਾਣਾ ਪਿਆ ਕਿਉਂਕਿ ਹਰਜੀਤ ਨੇ ਵੀ ਨਾਲ ਜਾਣਾ ਸੀ। ਥੋੜ੍ਹਾ ਜਿਹਾ ਹੀਰਾ ਇੱਥੇ ਇਮੋਸ਼ਨਲ ਵੀ ਹੋ ਰਿਹਾ ਸੀ ਕਿ ਕੇਕ ਕਟਵਾ ਰਹੇ ਸੀ ਕਿਉਂਕਿ ਹੁਣ ਜਾ ਰਿਹਾ ਹੈਗਾ, ਕੀ ਪਤਾ ਕਿੰਨੇ ਕੁ ਸਾਲਾਂ ਬਾਅਦ ਮਿਲਿਆ ਜਾਵੇ, ਹੈ ਨਾ। ਅਤੇ ਇੱਥੇ ਆਹ ਦੇਖੋ ਜੈਕੀ ਆ ਗਿਆ ਸੀ, ਤੁਹਾਨੂੰ ਜੈਕੀ ਬਾਰੇ ਵੀ ਆਪਾਂ ਪਹਿਲੀਆਂ ਵੀਡੀਓਜ਼ ਦੇ ਵਿੱਚ ਦੱਸਿਆ ਹੋਇਆ ਵੀਰੇ ਹੋਰੇ ਕਿੰਨਾ ਜ਼ਿਆਦਾ ਪਿਆਰ ਕਰਦੇ ਨੇ ਇਹਨੂੰ। ਅਤੇ ਇੱਥੇ ਵੀਰੇ ਹੋਰਿਆਂ ਨੇ ਸਲਾਮੀ ਦਿੱਤੀ ਹੀਰੇ ਨੂੰ ਅਤੇ ਫਿਰ ਫੋਟੋਜ਼ ਕਰਵਾ ਰਹੇ ਸਾਰੇ ਜਾਣੇ, ਹੈ ਨਾ। ਅਤੇ ਬਹੁਤ ਜ਼ਿਆਦਾ ਖੁਸ਼ ਸੀਗੇ ਸਾਰੇ ਜਾਣੇ। ਇੱਥੇ ਅਸੀਂ ਵੀ ਆ ਗਏ ਸੀ, ਅਸੀਂ ਵੀ ਹੀਰੇ ਦੇ ਨਾਲ ਫੋਟੋ ਕਰਵਾਈਆਂ। ਇੱਥੇ ਮੈਂ ਕਿਹਾ ਵੀ ਚਲੋ ਹੀਰੇ ਦਾ ਮੂੰਹ ਵੀ ਮਿੱਠਾ ਕਰਵਾ ਦਈਏ, ਮੈਂ ਫਿਰ ਕੇਕ ਖਵਾਇਆ ਹੀਰੇ ਨੂੰ। ਅਸੀਂ ਵੀ ਕਿਹਾ ਵੀ ਤੂੰ ਟੈਨਸ਼ਨ ਨਾ ਲਈ, ਵੀ ਵਧੀਆ ਆਪਦਾ ਜਾਈ। ਇੱਥੇ ਹੁਣ ਦੇਖੋ ਆਪਣੇ ਰਸਮਾਂ ਹੁੰਦੀਆਂ ਨੇ, ਹੈ ਨਾ, ਮੂੰਹ ਮਿੱਠਾ ਕਰਵਾਉਣ ਦੀਆਂ। ਅਤੇ ਆ ਹੀਰੇ ਨੂੰ ਭਾਬੀ ਮੂੰਹ ਮਿੱਠਾ ਕਰਵਾ ਰਹੇ ਸੀ, ਨਾਲੇ ਪਾਣੀ ਪਿਆ ਰਹੇ ਸੀਗੇ ਕਿਉਂਕਿ ਤੁਰਨ ਤੋਂ ਪਹਿਲਾਂ, ਹੈ ਨਾ, ਆਪਣੇ ਬਹੁਤ ਜ਼ਿਆਦਾ ਰਿਵਾਜ਼ ਹੁੰਦੇ ਨੇ, ਤੁਹਾਨੂੰ ਪਤਾ ਹੀ ਹੈ ਪੰਜਾਬੀਆਂ ਦੇ। ਅਤੇ ਇੱਥੇ ਸਾਰੇ ਜਣੇ ਨਾਲ ਨਾਲ ਫੋਟੋ ਵੀ ਕਰਵਾ ਰਹੇ ਸੀ, ਭੈਣ ਹੋ ਰਹੀਆਂ ਸੀ, ਸਾਰੇ ਜਣੇ, ਕਾਫੀ ਰਿਸ਼ਤੇਦਾਰ ਆਏ ਹੋਏ ਸੀਗੇ। ਸਾਰੇ ਜਣਿਆਂ ਨੂੰ ਇੰਨਾ ਜ਼ਿਆਦਾ ਚਾਅ ਸੀਗਾ ਹੀਰੇ ਦੇ ਕੈਨੇਡਾ ਜਾਣ ਦਾ, ਬਸ ਕਿਸੇ ਤੋਂ ਖੁਸ਼ੀ ਨਹੀਂ ਸੀ ਚੱਕੀ ਜਾ ਰਹੀ, ਹੈ ਨਾ। ਅਤੇ ਇੱਥੇ ਸਾਰੇ ਜਣੇ ਫੋਟੋਜ਼ ਕਰਵਾ ਕੇ, ਅਤੇ ਇੱਥੇ ਹੀਰੇ ਦੇ ਜਾਣ ਦਾ ਟਾਈਮ ਆ ਗਿਆ ਸੀ। ਹੀਰਾ ਸਾਰਿਆਂ ਨੂੰ, ਵੀਰੇ ਹੋਰਿਆਂ ਨੂੰ, ਆਪਦੇ ਵੱਡੇ ਡੈਡੀ ਹੋਰਿਆਂ ਨੂੰ, ਸਾਰਿਆਂ ਨੂੰ ਮਿਲ ਰਿਹਾ ਸੀ। ਅਸੀਂ ਫਿਰ ਚੱਲ ਪਏ ਸੀਗੇ ਸਾਰਿਆਂ ਨੂੰ ਬਾਏ ਬਾਏ ਕਰਕੇ, ਅਤੇ ਅਸੀਂ ਗੱਲਾਂ ਕਰਦੇ ਜਾਂਦੇ ਸੀ ਪਹਿਲਾਂ ਤਾਂ, ਫਿਰ ਬਾਅਦ ਦੇ ਵਿੱਚ ਨੀਂਦ ਆਉਣ ਲੱਗ ਗਈ। ਅਤੇ ਬਾਈ ਸਾਨੂੰ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਸੌਂ ਜਾਓ, ਕਿਉਂਕਿ ਲੰਬਾ ਰਾਸਤਾ ਹੈਗਾ ਦਿੱਲੀ ਦਾ, ਕਿਹੜਾ ਤੁਹਾਨੂੰ ਪਤਾ ਹੀ ਆ ਵੀ ਛੋਟਾ ਰਾਸਤਾ ਹੈਗਾ। ਅਤੇ ਹੀਰਾ ਤਾਂ ਫਿਰ ਧੌਣ ਸਿੱਟ ਕੇ ਸੌਂ ਗਿਆ, ਕਹਿੰਦਾ ਮੈਂ ਤਾਂ ਸੌਂਨਾ ਗਾ ਜਦੋਂ, ਕਹਿੰਦਾ ਕਿਤੇ ਖੜ੍ਹੇ ਮੈਨੂੰ ਉਠਾ ਦਿਓ। ਦੂਜਾ ਬਾਈ ਵੀ ਹੀਰੇ ਦਾ ਦੋਸਤ ਸੀਗਾ, ਉਹ ਵੀ ਸੌਂ ਗਿਆ। ਅਤੇ ਫਿਰ ਮੈਂ ਇਕੱਲਾ ਜਾਗਦਾ ਸੀਗਾ, ਮੈਨੂੰ ਐਂ ਸੀ ਵੀ ਚੱਲ ਬਾਈ ਵੀ ਨਾਲ ਜਾ ਰਿਹਾ, ਹੈ ਨਾ, ਅਤੇ ਦੋ ਵਾਰੀ ਵਾਰੀ ਸਾਰੇ ਜਣੇ ਸੌਂ ਜਾਂਗੇ। ਫਿਰ ਅਸੀਂ ਰੁਕੇ ਰਾਸਤੇ ਦੇ ਵਿੱਚ ਇੱਕ ਢਾਬੇ ਦੇ ਉੱਪਰ, ਜਿੱਥੇ ਮਤਲਬ ਕਿ ਅਸੀਂ ਪਹਿਲਾਂ ਤਾਂ ਬਾਈ ਮੈਨੂੰ ਕਹਿੰਦਾ ਕਹਿੰਦਾ ਐਂ ਕਰ ਮੇਰੀ ਇੱਥੇ ਵੀਡੀਓ ਬਣਾ ਤੂੰ। ਬਾਈ ਨੇ ਉੱਥੇ ਸਟੈਚੂ ਸੀਗਾ ਇੱਕ ਖੜ੍ਹਾ ਹੋਇਆ, ਅਤੇ ਉਹਦੇ ਨਾਲ ਕਹਿੰਦਾ ਮੇਰੀ ਵੀਡੀਓ ਬਣਾ। ਫਿਰ ਮੈਂ ਬਾਈ ਦੀ ਉੱਥੇ ਵੀਡੀਓ ਬਣਾਈ, ਅਤੇ ਵੀਡੀਓ ਬਣਾ ਕੇ ਫਿਰ ਜਦੋਂ ਅਸੀਂ ਅੰਦਰ ਚੱਲ ਗਏ, ਅਤੇ ਫਿਰ ਸਾਰੇ ਜਣੇ ਅਸੀਂ ਸੈਂਡਵਿਚ ਖਾਧੇ। ਫਿਰ ਅਸੀਂ ਅੱਗੇ ਦਿੱਲੀ ਨੂੰ ਜਾ ਰਹੇ ਸੀਗੇ, ਅਤੇ ਸਾਰੇ ਜਣੇ ਚੌੜ ਮਸਤੀ ਕਰ ਰਹੇ ਸੀ, ਅਤੇ ਹੀਰੇ ਦੇ ਦੋਸਤ ਹੀਰੇ ਨਾਲ ਮਜ਼ਾਕ ਕਰ ਰਹੇ ਸੀਗੇ। ਉਸ ਤੋਂ ਬਾਅਦ ਅਸੀਂ ਫਿਰ ਰੁਕ ਗਏ ਚਾਹ ਪੀਣ ਦੇ ਵਾਸਤੇ, ਕਿਉਂਕਿ ਦਿੱਲੀ ਸਾਡੇ ਤੋਂ ਥੋੜ੍ਹੀ ਕੁ ਦੂਰੀ ਰਹਿ ਗਿਆ ਸੀ, ਮਤਲਬ ਕਿ ਸਾਰਾ 40-45 ਕਿਲੋਮੀਟਰ ਦੂਰ ਸੀਗਾ। ਦਿੱਲੀ ਏਅਰਪੋਰਟ 'ਤੇ ਪਹੁੰਚ ਕੇ ਹੀਰਾ ਨੇ ਵਿਚਾਰੇ ਨੇ ਆਪਣਾ ਸਮਾਨ ਧਰਿਆ, ਅਤੇ ਮੂੰਹ ਵੀ ਹੋਰੂੰ ਜੇ ਕਰ ਰਿਹਾ ਸੀਗਾ, ਅਤੇ ਬਾਈ ਵੀ ਵਿਚਾਰੇ ਸੈਡ ਜੇ ਹੋ ਗਏ ਸੀਗੇ, ਕਿਉਂਕਿ ਇੱਕ ਪੁੱਤ ਤੋਰਨਾ ਬਹੁਤ ਔਖਾ ਹੋ ਜਾਂਦਾ, ਹੈ ਨਾ। ਅਤੇ ਬਾਈ ਖੜ੍ਹੇ ਸੀਗੇ, ਹੀਰਾ ਸਾਰਿਆਂ ਨੂੰ ਮਿਲ ਰਿਹਾ ਸੀਗਾ, ਅਤੇ ਹੀਰਾ ਮੈਨੂੰ ਬਾਏ ਬਾਏ ਕਹਿ ਕੇ ਕਹਿੰਦਾ ਵੀ ਆਪਾਂ ਮਿਲਦੇ ਹਾਂ ਫਿਰ ਛੇਤੀ ਹੀ, ਹੈ ਨਾ। ਬਾਈ ਵਿਚਾਰੇ ਕਈ ਵਾਰ ਨਾ ਸ਼ੀਸ਼ਾ ਵੀ ਦੀ, ਜਦੋਂ ਹੀਰਾ ਅੰਦਰ ਚੱਲ ਗਿਆ ਤਾਂ ਸ਼ੀਸ਼ੇ ਵੀ ਦੀ ਦੇਖੀ ਗਏ ਦੂਰ ਤੱਕ, ਫਿਰ ਕਿਤੇ ਅੱਗੇ ਵਗ ਜਾ ਕਰਨ, ਕਿਤੇ ਪਿੱਛੇ ਵਗ ਜਾ ਕਰਨ, ਵੀ ਦੇਖ ਨਹੀਂ ਰਿਹਾ, ਹੈ ਨਾ। ਬਹੁਤ ਔਖਾ ਹੋ ਜਾਂਦਾ ਇੱਕ ਜਵਾਨ ਦੀ ਪੁੱਤ ਆਪਣਾ ਤੋਰਨਾ, ਹੈ ਨਾ। ਅਤੇ ਫਿਰ ਅਸੀਂ ਵੀਰੇ ਨੂੰ ਸਮਝਾਇਆ ਵੀ ਵੀਰੇ ਕੋਈ ਗੱਲ ਨਹੀਂ, ਹੈ ਨਾ, ਤੁਸੀਂ ਵੀ ਚੱਲ ਜਾਓਗੇ, ਕਿਉਂਕਿ ਇਹਨਾਂ ਦੇ ਵੀ ਬੀਜੇ ਆਏ ਹੋਏ ਨੇਗੇ, ਹੈ ਨਾ। ਅਤੇ ਉਸ ਤੋਂ ਬਾਅਦ ਅਸੀਂ ਘਰ ਨੂੰ ਆ ਰਹੇ ਸੀ, ਅਤੇ ਰਾਸਤੇ ਦੇ ਵਿੱਚ ਬਾਰਿਸ਼ ਵੀ ਹੋ ਰਹੀ ਸੀਗੀ ਥੋੜ੍ਹੀ ਥੋੜ੍ਹੀ ਜਿਹੀ। ਉਸ ਤੋਂ ਬਾਅਦ ਅਸੀਂ ਆਉਂਦੇ ਹੋਏ ਰਾਸਤੇ ਦੇ ਵਿੱਚ ਰੁਕੇ ਮਾਨਤ ਢਾਬੇ 'ਤੇ, ਉੱਥੇ ਅਸੀਂ ਡਿਨਰ ਕੀਤਾ।